ਜੀ ਅਸਲਾਮ ਅਲੈਕੁਮ, ਸਤਿ ਸ਼੍ਰੀ ਅਕਾਲ, ਨਮਸਕਾਰ ਸਾਰੇ ਦੋਸਤਾਂ ਨੂੰ। ਇਸ ਟਾਈਮ ਅਸੀਂ ਬੈਠੇ ਹਾਂ ਮੀਆਂ ਮੀਰ ਸਾਹਿਬ ਦੇ ਦਰਬਾਰ, ਔਰ ਮੀਆਂ ਮੀਰ ਸਾਹਿਬ ਨੂੰ ਨਾ ਸਿਰਫ ਮੁਸਲਿਮ ਕਮਿਊਨਿਟੀ ਦੇ ਵਿੱਚ ਇੱਕ ਮਾਨਤਾ ਮਿਲੀ ਹੋਈ ਹੈ, ਇਹਦੇ ਨਾਲ ਨਾਲ ਉਹਨਾਂ ਨੂੰ ਸਿੱਖ ਕਮਿਊਨਿਟੀ ਉਹ ਵੀ ਬਹੁਤ ਇਤਰਾਮ ਦਿੰਦੀ ਹੈ। ਉਹਦੇ ਪਿੱਛੇ ਜਿਹੜੀ ਇੱਕ ਵੱਡੀ ਵਜ੍ਹਾ ਹੈ ਉਹ ਹੈ ਕਿ ਜਦੋਂ ਗੋਲਡਨ ਟੈਂਪਲ ਦਾ ਸੰਗੇ ਬੁਨਿਆਦ ਰੱਖਿਆ ਜਾਂਦਾ ਅਤੇ ਉਸ ਟਾਈਮ ਪੰਜਵੇਂ ਗੁਰੂ ਅਰਜਨ ਦੇਵ ਜੀ ਨੀਂਹ ਪੱਥਰ ਜਿਹੜੇ ਸ਼ਖਸ ਤੋਂ ਮਹਾਨ ਹਸਤੀ ਤੋਂ ਰੁਖਵਾਉਂਦੇ ਹਨ ਉਹ ਮੀਆਂ ਮੀਰ ਸਾਹਿਬ ਤੋਂ ਰੁਖਵਾਉਂਦੇ। ਮੀਆਂ ਮੀਰ ਸਾਹਿਬ ਜਿਸ ਤਰ੍ਹਾਂ ਮੈਂ ਪਹਿਲੇ ਦੱਸ ਚੁੱਕਾ, ਸਿੱਖ ਮੁਸਲਿਮ ਕਮਿਊਨਿਟੀ ਦੇ ਨਾਲ ਨਾਲ ਹਿੰਦੂਇਜ਼ਮ ਦੇ ਵਿੱਚ ਵੀ ਉਹਨਾਂ ਨੂੰ ਬਹੁਤ ਜ਼ਿਆਦਾ ਮਾਨਤਾ ਦਿੱਤੀ ਜਾਂਦੀ, ਔਰ ਮਾਨਤਾ ਕਿਉਂ ਨਾ ਮਿਲੇ, ਜਿਹੜੇ ਲੋਕਾਂ ਲਈ ਜਿਉਂਦੇ ਹਨ ਉਹਨਾਂ ਨੂੰ ਲੋਕ ਮੰਨਦੇ ਹਨ। ਮੀਆਂ ਮੀਰ ਸਾਹਿਬ ਪੈਦਾ ਹੁੰਦੇ ਹਨ 1530 ਦੇ ਵਿੱਚ ਔਰ ਰੱਬ ਦੀ ਵਫਾਤ ਹੁੰਦੀ ਹੈ 1635 ਦੇ ਵਿੱਚ। ਇਸ ਟਾਈਮ ਉਹਨਾਂ ਦੀ ਲਾਈਫ ਬਾਰੇ ਬਾਕੀ ਚੀਜ਼ਾਂ ਬਾਰੇ ਤੁਸੀਂ ਯਕੀਨਨ ਜਾਣਦੇ ਹੋਵੋਗੇ, ਲੇਕਿਨ ਮੇਰੇ ਨਾਲ ਇਹ ਮਸ਼ਹੂਰ ਸਾਫ਼ੀ ਮੀਆਂ ਆਸਿਫ ਸਾਹਿਬ, ਇਹਨਾਂ ਦੀ ਹਿਸਟਰੀ 'ਤੇ ਵੀ ਖਾਸ ਨਜ਼ਰ ਹੈ, ਔਰ ਖਾਸ ਕਰ ਪੰਜਾਬ ਦੀ ਸਰਜ਼ਮੀਨ ਦੇ ਜਿਤਨੇ ਇਸ ਤਰ੍ਹਾਂ ਦੇ ਵਲੀ ਅੱਲਾ ਹਨ ਸੂਫੀਜ਼ਮ 'ਤੇ ਇਹਨਾਂ ਦੀ ਗਹਿਰੀ ਨਜ਼ਰ ਹੈ। ਮੈਂ ਇਹਨਾਂ ਤੋਂ ਸਿਰਫ ਇਹ ਸਵਾਲ ਕਰਾਂਗਾ ਕਿ ਮੀਆਂ ਮੀਰ ਸਾਹਿਬ ਨੇ, ਮੀਆਂ ਸਾਹਿਬ ਇਹ ਰਸਤਾ ਕਿਸ ਤਰ੍ਹਾਂ ਚੁਣਿਆ ਕਿ ਇਹ ਜਿਹੜੀ ਸਿੱਖ ਮੁਸਲਿਮ ਫਰੈਂਡਸ਼ਿਪ ਹੈ ਇਹ ਇੱਥੇ ਇੱਕ ਅਮਨ ਲਿਆਏਗੀ, ਇੱਥੋਂ ਦੇ ਲੋਕਾਂ ਦੀ ਫਲਾਹ ਵਾਸਤੇ ਕੋਈ ਅਸੀਂ ਕੰਮ ਕਰ ਪਾਵਾਂਗੇ, ਇਹਦੇ ਬਾਰੇ ਕੀ ਕਹਿੰਦੇ ਹੋ ਕਿ ਇਹ ਸੋਚ ਕਿਵੇਂ ਡਿਵੈਲਪ ਹੁੰਦੀ ਹੈ, ਕਿੱਥੋਂ ਆਉਂਦੀ? ਦੇਖੋ ਰਜ਼ਾ ਜੀ, ਹਜ਼ਰਤ ਮੀਆਂ ਮੀਰ ਸਰਕਾਰ, ਕਿਉਂਕਿ ਸੂਫੀ ਜਿਹੜਾ ਹੁੰਦਾ ਹਮੇਸ਼ਾ ਸਭ ਦਾ ਸਾਂਝਾ ਹੀ ਹੁੰਦਾ, ਕੋਈ ਵੀ ਮਜ਼ਹਬ ਐਸਾ ਨਹੀਂ ਹੈ ਕਿ ਉਹ ਕਿਸੇ ਵੀ ਮਸਲਕ ਨੂੰ ਜਾਂ ਮਜ਼ਹਬ ਨੂੰ ਲੈ ਕੇ ਨਹੀਂ ਚੱਲਦਾ ਗਾ, ਅਤੇ ਉਹ ਮੁਸਲਮਾਨ ਹੁੰਦੇ ਆ, ਰੱਬ ਨੂੰ ਮੰਨਣ ਵਾਲੇ ਹੁੰਦੇ ਆ, ਪਰ ਉਹ ਹਰ ਮਜ਼ਹਬ ਦੇ ਲੋਕਾਂ ਨੂੰ ਆਪਣੇ ਨਜ਼ਦੀਕ ਆਉਣ ਦੇ ਔਰ ਆਪਣੇ ਕੋਲ ਲੈ ਕੇ ਆਉਂਦੇ ਆ, ਕਿਉਂਕਿ ਇਨਸਾਨੀਅਤ ਦਾ ਜਿਹੜਾ ਖਿਦਮਤ ਹੈ ਉਹਨਾਂ ਦਾ ਅਵਲੀਨ ਮਿਸ਼ਨ ਹੁੰਦਾ। ਅਤੇ ਇਹੀ ਹੋਇਆ ਕਿ ਗੁਰੂ ਅਰਜਨ ਦੇਵ ਜੀ ਦੇ ਨਾਲ ਸਰਕਾਰ ਮੀਆਂ ਸਾਹਿਬ ਦੀ, ਸਰਕਾਰ ਮੀਆਂ ਮੀਰ ਸਾਹਿਬ ਦੀ ਦੋਸਤੀ ਵੀ ਸੀ ਕਾਫੀ ਜ਼ਿਆਦਾ। ਈਵਨ ਤੁਸੀਂ ਇਹ ਦੇਖੋ ਕਿ ਸਿਰਫ ਇਹੀ ਨਹੀਂ ਕਿ ਇਹਨਾਂ ਨੇ ਗੋਲਡਨ ਟੈਂਪਲ ਦਾ ਸੰਗੇ ਬੁਨਿਆਦ ਰੱਖਿਆ, ਬਲਕਿ ਜਦੋਂ ਗੁਰੂ ਅਰਜਨ ਦੇਵ ਨੂੰ ਚੰਦੂਮੱਲ ਵੱਲੋਂ ਤਰਸੀਏ ਦਿੱਤੇ ਜਾ ਰਹੇ ਸੀਗੇ ਅਤੇ ਉਹਨਾਂ ਨੂੰ ਕਤਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ, ਤਸ਼ੱਦਦ ਕੀਤਾ ਜਾ ਰਿਹਾ ਸੀ, ਉਹਨਾਂ 'ਤੇ ਬਹੁਤ ਜ਼ਿਆਦਾ ਤਸ਼ੱਦਦ ਕੀਤਾ ਗਿਆ, ਦੇਖ ਕੇ ਬਿਠਾ ਦਿੱਤਾ ਗਿਆ ਸੀ, ਉਦੋਂ ਵੀ ਹਜ਼ਰਤ ਮੀਆਂ ਮੀਰ ਸਰਕਾਰ ਉੱਥੇ ਗਏ ਅਤੇ ਜਾ ਕੇ ਉਹਨਾਂ ਨੂੰ ਕਿਹਾ ਗੁਰੂ ਅਰਜਨ ਦੇਵ ਨੂੰ ਕਿ ਤੂੰ ਦੱਸ, ਜੇ ਤੂੰ ਸਮੇਂ 'ਤੇ ਇੱਥੇ ਮੈਂ ਇਹਨਾਂ ਨੂੰ ਤਾਂ ਉਹ ਬੱਲਾ ਕਰ ਸਕਦਾ, ਬਰਬਾਦ ਕਰ ਸਕਦਾ। ਜ਼ਾਹਿਰ ਹੈ ਇੱਕ ਵਲੀ ਦੀ ਜਿਹੜੀ ਜ਼ੁਬਾਨ ਹੁੰਦੀ ਹੈ ਉਹਦੇ ਵਿੱਚ ਇੰਨੀ ਤਸੀਰ ਜ਼ਰੂਰ ਹੁੰਦੀ ਹੈ, ਪਰ ਗੁਰੂ ਅਰਜਨ ਦੇਵ ਜੀ ਨੇ ਕਿਹਾ ਨਹੀਂ, ਤੁਸੀਂ ਇਹ ਨਾ ਕਰੋ, ਇਹਨਾਂ ਨੇ ਜੋ ਤਰਸੀਏ ਮੈਨੂੰ ਦੇਣੇ ਆ ਉਹ ਦੇ ਲੈਣ ਦਿਓ। ਅਤੇ ਐਵੇਂ ਹਜ਼ਰਤ ਸਰਕਾਰ ਮੀਆਂ ਮੀਰ ਦਾ ਇਹਨਾਂ ਦੇ ਨਾਲ ਜਿਹੜਾ ਤਲਕ ਬਣਿਆ, ਤੁਸੀਂ ਦੇਖੋ ਇਸ ਤੋਂ ਪਹਿਲੇ ਹਜ਼ਰਤ ਬਾਬਾ ਫਰੀਦ ਦੇ ਮੁਰੀਦਾਂ 'ਚੋਂ, ਕਿਰਤਮੰਦਾਂ 'ਚੋਂ ਸੀ ਬਾਬਾ ਗੁਰੂ ਨਾਨਕ, ਔਰ ਜਿੰਨਾ ਵੀ ਸਾਨੂੰ ਹਜ਼ਰਤ ਬਾਬਾ ਫਰੀਦ ਦਾ ਕਲਾਮ ਲੱਭਦਾ ਵਾ
ਉਹ ਗ੍ਰੰਥ ਸਾਹਿਬ ਦੇ ਰਾਹੀਂ ਲੱਭਦਾ ਵਾ। ਜਿੰਨੇ ਸ਼ਲੋਕ ਮਿਲੇ ਆ ਸਾਨੂੰ ਗ੍ਰੰਥ ਸਾਹਿਬ ਦੇ ਵਿੱਚ ਹੀ ਆਏ, ਸਿੱਖਾਂ ਨੇ ਸ਼ਾਮਿਲ ਕੀਤੇ ਅਤੇ ਉਹ ਆਏ। ਇਸ ਲਈ ਇਹਨਾਂ ਦਾ ਜਿਹੜਾ ਤਲਕ ਸੀਗਾ ਸਿਰਫ ਇਹੀ ਨਹੀਂ, ਸਿਰਫ ਸਿੱਖਾਂ ਦੇ ਨਾਲ ਹੀ ਨਹੀਂ, ਆਪਦਾ ਤਲਕ ਹਰ ਮਜ਼ਹਬ ਦੇ ਮੰਨਣ ਵਾਲਿਆਂ ਨਾਲ ਸੀ, ਔਰ ਹਰ ਮਜ਼ਹਬ ਦੇ ਮੰਨਣ ਵਾਲੇ ਜਿਹੜੇ ਸੀ ਉਹ ਆਪ ਨੂੰ ਇੰਨਾ ਇਹਤਰਾਮ ਕਰਦੇ ਸੀ, ਇੱਜ਼ਤ ਦਿੰਦੇ ਸੀ, ਮੰਨਦੇ ਸੀ। ਔਰ ਉਹੀ ਵਜ੍ਹਾ ਸੀ ਕਿ ਜਿਹੜੇ ਉਸ ਦੌਰ ਦੇ ਸਿੱਖ ਸਰਦਾਰ ਵੀ ਸੀ, ਜਿਹੜਾ ਹਾਲਾਂਕਿ ਸਿੱਖੀ ਉਦੋਂ ਸ਼ੁਰੂ ਨਹੀਂ ਸੀ ਹੋਈ, ਹਲੇ ਬਾਬੇ ਗੁਰੂ ਨਾਨਕ ਨੂੰ ਮੰਨਣ ਵਾਲਿਆਂ ਦਾ ਇੱਕ ਇਕੱਠ ਹੋ ਰਿਹਾ ਸੀਗਾ, ਲੋਕ ਉਹਨਾਂ ਨੂੰ ਮੰਨਣ ਵਾਲੇ ਤਿਆਰ ਹੋ ਰਿਹਾ ਸੀ। ਉਹਨਾਂ ਨੇ ਵੀ ਉਦੋਂ ਇਹੀ ਸਮਝਿਆ ਕਿ ਉਸ ਟਾਈਮ ਜਿਹੜੇ ਸਭ ਦੇ ਮੁਸ਼ਤਰਕਾ ਬਜ਼ੁਰਗ ਆ ਸਰਕਾਰ ਬਾਬਾ ਜੀ, ਇਹਨਾਂ ਨੂੰ ਲਿਜਾ ਕੇ ਹੀ ਗੋਲਡਨ ਟੈਂਪਲ ਦਾ ਸੰਗੇ ਬੁਨਿਆਦ ਰੱਖਿਆ ਜਾਵੇ, ਤਾਂ ਕਿ ਉਹ ਹਰ ਕਿਸੇ ਦੇ ਨਜ਼ਦੀਕ ਕਾਬਲੇ ਇਹਤਰਾਮ ਹੋ ਜਾਵੇ, ਅਤੇ ਨਾਲੇ ਦੁਨੀਆਂ ਨੂੰ ਇਹ ਮੈਸੇਜ ਵੀ ਚਲਾ ਜਾਵੇ ਕਿ ਸਿੱਖਇਜ਼ਮ ਕਿਸੇ ਹੋਰ ਮਜ਼ਹਬ ਦੇ ਵਿੱਚੋਂ ਨਹੀਂ ਨਿਕਲਿਆ, ਬਲਕਿ ਉਹਨਾਂ ਨੇ ਹਰ ਮਜ਼ਹਬ ਦੇ ਜਿਹੜੇ ਸੀਗੇ ਸੂਫੀਆਂ ਨੂੰ ਲੈ ਕੇ ਉਹਨਾਂ ਦੀਆਂ ਤਾਲੀਮਾਤ ਨੂੰ ਲੈ ਕੇ ਔਰ ਉਹ ਇਕੱਠਾ ਕਰਨ ਦੀ ਕੋਸ਼ਿਸ਼ ਕੀਤੀ ਸੀ, ਜਿਹਨੇ ਬਾਅਦ ਦੇ ਵਿੱਚ ਜਾ ਕੇ 7ਵੇਂ ਗੁਰੂ ਗੁਰੂ ਗੋਬਿੰਦ ਸਿੰਘ ਦੇ ਦੌਰ ਜਾ ਕੇ ਇੱਕ ਬਕਾਇਦਾ ਮਜ਼ਹਬ ਦੀ ਸੂਰਤ ਅਖਤਿਆਰ ਕਰ ਲਈ। ਸ਼ੁਕਰੀਆ ਮੀਆਂ ਸਾਹਿਬ। ਸੂਫੀ ਸਾਡੇ ਪੰਜਾਬ ਦੇ ਜਾਂ ਜਿਹੜਾ ਵੀ ਸੂਫੀ ਹੈ ਜਾਂ ਇਸ ਧਰਤੀ 'ਤੇ ਜਿਤਨੇ ਗੁਰੂਆਂ ਨੇ ਜਨਮ ਲਿਆ, ਇਹਨਾਂ ਦੀ ਇਹੀ ਖਾਸੀਅਤ ਹੁੰਦੀ ਹੈ ਕਿ ਇਹ ਲੋਕਾਂ ਵਾਸਤੇ ਜੀਉਂਦੇ, ਇਹ ਕਿਸੇ ਇੱਕ ਮਜ਼ਹਬ ਦੇ ਨੁਮਾਇੰਦੇ ਨਹੀਂ ਹੁੰਦੇ। ਇਹ ਇਸਲਾਮ ਦਾ ਜਾਂ ਆਪਣੇ ਮਜ਼ਹਬ ਦਾ ਉਹ ਰੋਸ਼ਨ ਪਹਿਲੂ ਸਾਹਮਣੇ ਲੈ ਕੇ ਆਉਂਦੇ ਨੇ ਜਿਹਦੇ ਸਾਰੇ ਇਨਸਾਨਾਂ ਦਾ ਭਲਾ ਹੋਵੇ, ਇੱਕ ਫਲਾਹ ਦਾ ਅਮਲ ਉਹ ਸਾਰੇ ਲੋਕਾਂ ਲਈ ਸਾਂਝਾ ਹੋਵੇ, ਨਾ ਕਿ ਕਿਸੇ ਇੱਕ ਮਜ਼ਹਬ ਲਈ ਹੋਵੇ। ਸੋ ਇਜਾਜ਼ਤ ਦਿਓ ਅੱਜ ਦੀ ਇਸ ਐਪੀਸੋਡ ਦੇ ਨਾਲ ਮੀਆਂ ਮੀਰ ਦੇ ਦਰਬਾਰ ਤੋਂ, ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ।